ਹਾਂਜੀ ਦੋਸਤੋ, ਕਿਵੇਂ ਸਾਰੇ? ਸੋ ਦੋਸਤੋ, ਗੋਲਡੀ ਬਰਾੜ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਬਿਸ਼ਨੋਈ ਗੈਂਗ ਦੇ ਸਰਗਨਾ ਗੋਲਡੀ ਬਰਾੜ ਨੇ ਮੁੱਖ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਇਹ ਖਤਰਨਾਕ ਅਪਰਾਧੀ ਲਗਾਤਾਰ ਫਰਾਰ ਚੱਲ ਰਿਹਾ ਹੈ। ਗੋਲਡੀ ਬਰਾੜ ਸਿਰਫ ਇੰਡੀਆ ਹੀ ਨਹੀਂ ਬਲਕਿ ਕੈਨੇਡਾ ਵੱਲੋਂ ਵੀ ਉਹਨਾਂ ਦੀ ਟੋਪ 10 ਮੋਸਟ ਵਾਂਟਡ ਲਿਸਟ ਵਿੱਚ ਸ਼ਾਮਿਲ ਹੈ। ਅਤੇ ਜੇਕਰ ਹੁਣ ਆਪਾਂ ਗੋਲਡੀ ਬਰਾੜ ਦੀ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਮਨਿਸਟਰੀ ਆਫ ਹੋਮ ਅਫੇਅਰਸ ਦੇ ਅਕੋਰਡਿੰਗ ਗੋਲਡੀ ਬਰਾੜ ਦੀ ਲੇਟੈਸਟ ਲੋਕੇਸ਼ਨ ਬ੍ਰੈਂਪਟਨ ਵਿੱਚ ਟਰੇਸ ਹੋਈ ਹੈ, ਜੋ ਕਿ ਟੋਰਾਂਟੋ ਦੇ ਬਿਲਕੁਲ ਨਾਲ ਲੱਗਦਾ ਹੈ। ਖਬਰਾਂ ਦੀ ਮੰਨੀਏ ਤਾਂ ਗੋਲਡੀ ਬਰਾੜ ਲਗਾਤਾਰ ਆਪਣੇ ਠਿਕਾਣੇ ਬਦਲਦਾ ਰਹਿੰਦਾ ਹੈ ਅਤੇ ਇੰਟਰਪੋਲ ਦੇ ਰੈੱਡ ਕੋਰਨ ਨੋਟਿਸ ਅਤੇ ਕੈਨੇਡਾ ਵੱਲੋਂ ਮੋਸਟ ਵਾਂਟਡ ਐਲਾਨੇ ਜਾਣ ਦੇ ਬਾਅਦ ਵੀ ਗੋਲਡੀ ਬਰਾੜ ਨੂੰ ਫੜ ਸਕਣਾ ਨਾਮੁਮਕਿਨ ਦੇ ਬਰਾਬਰ ਬਣਿਆ ਹੋਇਆ ਹੈ। ਗੋਲਡੀ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਕਾਲਜ ਟਾਈਮ ਤੋਂ ਹੀ ਲੋਰਸ ਬਿਸ਼ਨੋਈ ਦਾ ਬੇਦ ਖਾਸ ਰਿਹਾ ਹੈ ਅਤੇ ਕੁਝ ਸਾਲ ਪਹਿਲਾਂ ਇੱਕ ਜਾਲੀ ਪਾਸਪੋਰਟ ਬਣਵਾ ਕੇ ਇਸ ਖਤਰਨਾਕ ਅਪਰਾਧੀ ਨੇ ਕੈਨੇਡਾ ਦੀ ਐਂਟਰੀ ਲੈ ਲਈ ਸੀ ਅਤੇ ਇਹ ਉਦੋਂ ਦਾ ਉੱਥੇ ਹੀ ਰਹਿ ਰਿਹਾ ਹੈ। ਸਿੱਧੂ ਦੇ ਮਾਪਿਆਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਤੱਕ ਗੋਲਡੀ ਬਰਾੜ ਵਰਗੇ ਮੁਜਰਿਮ ਜੇਲ੍ਹ ਦੀ ਸਲਾਖਾਂ ਪਿੱਛੇ ਕੈਦ ਨਹੀਂ ਹੁੰਦੇ, ਉਨੀ ਦੇਰ ਤੱਕ ਉਹਨਾਂ ਦੇ ਪੁੱਤ ਦਾ ਇਨਸਾਫ ਅਧੂਰਾ ਹੈ। ਸੋ ਦੋਸਤ, ਜਾਂਦੇ ਸੁਣੋ ਲਾਈਕ ਕਰ ਦਿਓ, ਸਾਡੇ ਚੈਨਲ ਨਿਊਜ਼ ਫੁਟੇਜ ਫੈਕਟ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।